ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਠੀਕ ਠਾਕ ਹੋ? ਮੇਰੇ ਚੈਨਲ 'ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ, ਬਹੁਤ ਬਹੁਤ ਧੰਨਵਾਦ। ਅੱਜ ਮੇਰਾ ਸਟੂਡੈਂਟ ਪਹਿਲੀ ਵਾਰੀ ਪੇਂਟਿੰਗ ਕਰਨ ਲੱਗਾ ਜੀ, ਇਹਨੇ ਸੂਟ ਦੀ ਕਾਪੀ ਕੀਤੀ ਹੈ ਇਹਨੇ ਦੁਪੱਟੇ 'ਤੇ। ਇਹ ਦੇਖੋ, ਇਹ ਵਾਲਾ ਇਹਦਾ ਸੂਟ ਸੀਗਾ, ਇਹ ਦੁਪੱਟੇ 'ਤੇ ਕਾਪੀ ਕੀਤੀ ਇਹਨੇ। ਇਹ ਜਿਹੜਾ ਡਰਾ ਕੀਤਾ ਇਹ ਸਟੂਡੈਂਟ ਨੇ ਆਪ ਹੀ ਕੀਤਾ ਸੀਗਾ, ਪਹਿਲੀ ਵਾਰੀ ਸਾਰਾ ਕੁਛ ਕਰ ਰਹੇ ਆ ਜੀ, ਬਹੁਤ ਵਧੀਆ ਕਰ ਰਹੇ ਆ। ਤੁਸੀਂ ਕੋਸ਼ਿਸ਼ ਕਰਿਆ ਕਰੋ ਇਸ ਤਰ੍ਹਾਂ ਦੇਖ ਕੇ। ਬਾਕੀ ਮੈਂ ਤੁਹਾਨੂੰ ਦੁਪੱਟਾ ਦਿਖਾਉਂਦੀ ਹਾਂ ਸਾਰਾ, ਇੱਕ ਵਾਰੀ ਇਹਨਾਂ ਨੂੰ ਬਣਾ ਲੈਂਦੇ, ਫਿਰ ਤੁਹਾਨੂੰ ਦੁਪੱਟਾ ਦਿਖਾਉਂਦੀ ਸਾਰਾ। ਪਹਿਲਾਂ ਇਹ ਵੀ ਬਹੁਤ ਡਰਦੇ ਸੀ, ਪਰ ਤੁਸੀਂ ਕੋਸ਼ਿਸ਼ ਕਰਿਆ ਕਰੋ, ਡਰਿਆ ਨਾ ਕਰੋ। ਵਾਰੀ ਵਾਰੀ ਜਿਵੇਂ ਤੁਸੀਂ ਮੈਸੇਜ ਕਰਕੇ ਪੁੱਛਦੇ ਇਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ ਹੋ ਗਿਆ, ਜਦੋਂ ਜਿੰਨੀ ਦੇਰ ਤੁਸੀਂ ਪ੍ਰੈਕਟੀਕਲ ਨਹੀਂ ਕਰਦੇ ਉਨੀ ਦੇਰ ਤੁਹਾਡਾ ਕੁਛ ਵੀ ਨਹੀਂ ਹੋ ਸਕਦਾ। ਪ੍ਰੈਕਟੀਕਲ ਜ਼ਰੂਰ ਕਰਿਆ ਕਰੋ। ਬਾਕੀ ਮੈਨੂੰ ਤਾਂ ਆਪ ਮੈਂ ਹੈਰਾਨ ਮੰਨ ਗਈ ਜਦੋਂ ਉਹਨਾਂ ਨੇ ਡਰਾ ਕੀਤਾ ਆਪਦੇ ਆਪ, ਬਹੁਤ ਸੋਹਣਾ ਡਰਾ ਕੀਤਾ ਪਹਿਲੀ ਵਾਰ ਕੀਤਾ। ਬਾਕੀ ਕਲਰ ਜਿਵੇਂ ਤੁਹਾਡੇ ਕੈਮਰੇ ਦੇ ਵਿੱਚ ਲਾਈਟ ਡਾਰਕ ਲੱਗ ਰਿਹਾ, ਥੋੜ੍ਹਾ ਗਿੱਲਾ ਅਤੇ ਗਿੱਲਾ ਕਰਕੇ ਲੱਗ ਰਿਹਾ। ਕਿਸੇ ਚੀਜ਼ ਨੂੰ ਆਪਾਂ ਜਦੋਂ ਕਾਪੀ ਕਰਦੇ ਹਾਂ ਬਹੁਤ ਔਖਾ ਹੁੰਦਾ ਕਰਨਾ, ਉਹ ਭਾਵੇਂ ਉਹ ਸਿੰਗਲ ਕਲਰ ਦੇ ਵਿੱਚ ਹੋਵੇ ਚਾਹੇ ਡਬਲ ਦੇ ਵਿੱਚ ਹੋਵੇ। ਦੇਖੋ ਬਹੁਤ ਸਾਰਾ ਬਣ ਗਿਆ, ਉਹਨਾਂ ਤੁਹਾਨੂੰ ਪੂਰਾ ਦੁਪੱਟਾ ਦਿਖਾਉਂਦੀ ਹਾਂ। ਬਹੁਤ ਸੋਹਣਾ ਦੁਪੱਟਾ ਬਣਿਆ, ਦੇਖੋ ਡਿਜ਼ਾਈਨ ਕਰਕੇ ਬਹੁਤ ਸੋਹਣਾ ਬਣ ਗਿਆ। ਠੀਕ ਹੈ ਜੀ, ਓਕੇ ਮੈਂ, ਸਤਿ ਸ਼੍ਰੀ ਅਕਾਲ, ਮਿਲਦੇ ਅਗਲੀ ਵੀਡੀਓ 'ਤੇ।